ਉਹਨਾਂ ਮੇਨ ਗੱਲ PSPCL ਨਾਮ ਵੱਡਾ ਕਰਤਾ ਬਟ ਬਿਜਲੀ ਬੋਰਡ ਕਹਿੰਦੇ ਆ ਇਹਨੂੰ ਸਬਸਿਡੀ ਦਾ ਪੈਸਾ ਕਦੇ ਪੂਰਾ ਨਹੀਂ ਕੀਤਾ ਗਵਰਨਮੈਂਟ ਨੇ ਕਿਸੇ ਗਵਰਨਮੈਂਟ ਨੇ ਸਾਰ ਲਓ ਜੀ ਥੋੜ੍ਹਾ ਜਿਹਾ ਐਂ ਕਰ ਲਓ ਜੀ ਇੱਧਰੋਂ ਘਟਾ ਲਓ ਜੀ ਮੁਲਾਜ਼ਮਾਂ ਦੀਆਂ ਤਨਖਾਹਾਂ ਰੁਕ ਜਾਂਦੀਆਂ ਸੀ ਅਤੇ ਜਿਹੜਾ ਸਬਸਿਡੀ ਹੁਣ ਤੱਕ ਦਿੱਤੀ ਗਈ ਪਿਛਲੇ 5 ਸਾਲ 'ਚ 18 ਤੋਂ 19 'ਚ 9,036 ਕਰੋੜ ਰੁਪਈਆ ਸਬਸਿਡੀ ਦਿੱਤੀ ਗਈ 19-20 'ਚ 9,394 ਇੱਕ ਸਾਲ ਦੀ ਜਿਹੜੀ ਸਬਸਿਡੀ ਜਿੰਨੀ ਵੀ ਹੈਗੀ ਹੈ 2020-21 'ਚ 9,657 2021-22 13,443 ਪਰ 2022-23 ਪਹਿਲਾ ਸਾਲ ਹੈ ਮੇਰੇ ਨਾਲ ਬਿਜਲੀ ਬੋਰਡ ਦੇ ਸੀ ਐਮ ਵੀ ਬੈਠੇ ਨੇ 2022-23 ਪਹਿਲਾ ਸਾਲ ਹੈ 20,200 ਕਰੋੜ ਰੁਪਈਆ ਪੰਜਾਬ ਸਰਕਾਰ ਨੇ ਇਹਨਾਂ ਨੂੰ ਦੇ ਦਿੱਤਾ ਜੀ 1 ਰੁਪਈਆ ਵੀ ਅਸੀਂ ਸਬਸਿਡੀ ਦਾ PSPCL ਦਾ ਦੇਣਾ ਨਹੀਂ ਠੀਕ ਹੈ ਜੀ ਹਾਂਜੀ ਹਾਂਜੀ ਬਿਲਕੁਲ ਠੀਕ ਹੈ ਜੀ ਥੋੜ੍ਹਾ ਜਿਹਾ ਇਹ ਵੀ ਦੱਸ ਦੇਣੀ ਦੱਸੋ ਜਿਹੜੀ 22-23 ਦਾ ਜਦੋਂ ਸ਼ੁਰੂ ਹੋਇਆ ਸੀ ਤਾਂ ਪਿਛਲੇ ਸਾਲਾਂ ਦਾ 9,020 ਕਰੋੜ ਰੁਪਈਆ ਬਕਾਇਆ ਪਿਆ ਸੀ ਅਤੇ 17,733 ਕਰੋੜ ਜਿਹੜੀ ਹੈ ਸਬਸਿਡੀ ਉਹ 22-23 ਦੀ ਬਣਦੀ ਸੀ ਇਸ ਵਾਰ ਪੰਜਾਬ ਸਰਕਾਰ ਨੇ ਸਾਨੂੰ ਕੁੱਲ ਹੈ ਜਿਹੜੀ 20,200 ਕਰੋੜ ਜਿਹੜੀ ਹੈ ਸਬਸਿਡੀ ਦੇ ਦਿੱਤੀ ਹੈ ਇਸ ਸਾਲ ਦੀ ਪੂਰੀ ਸਬਸਿਡੀ ਉਹਦੇ ਨਾਲ ਜੋ ਪਿਛਲੇ 9,000 ਰਹਿੰਦਾ ਸੀ ਉਹਨੂੰ 5 ਕਿਸ਼ਤਾਂ ਦੇ ਵਿੱਚ ਦੇਣ ਦੇ ਨਾਲ ਵਾਅਦਾ ਕੀਤਾ ਔਰ ਇਸ ਸਾਲ ਜਿਹੜਾ ਉਹਦੇ 'ਚ 1,804 ਕਰੋੜ ਰੁਪਈਏ ਦੇ ਦਿੱਤੇ ਆ ਅਤੇ ਜੋ ਇਹਦੇ 'ਤੇ 9,000 ਤੇ ਸਾਲ ਦਾ ਵਿਆਜ ਬਣਦਾ ਸੀ ਉਹ ਵੀ 663 ਕਰੋੜ ਰੁਪਈਏ ਉਹ ਵੀ ਦੇ ਦਿੱਤੇ ਆ ਅਤੇ ਕੁੱਲ ਸਬਸਿਡੀ ਜਿਹੜੀ ਹੈ ਇਸ ਸਾਲ ਸਾਨੂੰ ਜਿਹੜੀ ਹੈ 20,200 ਕਰੋੜ ਜਿਹੜੀ ਹੈ ਆਈ ਹੈ ਇਸ ਦਾ ਫਾਇਦਾ ਇਹੀ ਹੋਣਾ ਕਿ ਜੋ ਸਾਡੇ ਵਿੱਤੀ ਹਾਲਾਤ ਆ ਜਿਹੜੇ ਬਿਜਲੀ ਬੋਰਡ ਦੇ ਉਹ ਠੀਕ ਹੋਣਗੇ ਤਾਂ ਜੋ ਅਸੀਂ ਬਿਜਲੀ ਦੀ ਸਪਲਾਈ ਆ ਜਾਂ ਕੋਈ ਡਿਵੈਲਪਮੈਂਟ ਦੇ ਕੰਮ ਹੈ ਨਵੇਂ ਗ੍ਰਿਡ ਬਣਾਉਣੇ ਆ ਉਹਨਾਂ ਦੇ ਵਿੱਚ ਆਸਾਨੀ ਆਊਗੀ ਉਹਦੇ ਨਾਲ ਨਾਲ ਹੀ ਜੋ ਮੁਲਾਜ਼ਮਾਂ ਦੇ ਜੋ ਵੀ ਪੇ ਕਮਿਸ਼ਨ ਲਾਗੂ ਕੀਤਾ ਉਹਦੇ ਵੀ ਜਿਹੜੇ ਪੈਸੇ ਆ ਉਹ ਵੀ ਨਾਲ ਦੀ ਨਾਲ ਤਾਰਾਂਗੇ ਅਤੇ ਇਹ ਸਾਲ ਜਿਹੜਾ ਹੈ ਅਸੀਂ ਪਿਛਲੇ ਸਾਲ ਵੀ ਜਿਹੜਾ ਹੈ 22-23 ਦਾ ਮੇਰਾ ਖਿਆਲ ਹੈ ਤੁਸੀਂ ਸਾਰੇ ਗਵਾਹ ਹੋਵੋਗੇ ਕਿ ਅਸੀਂ ਪੈੜੀ ਸੀਜ਼ਨ ਦੇ ਵਿੱਚ ਸਾਰੇ ਖਪਤਕਾਰਾਂ ਨੂੰ ਜਿਹੜੀ ਹੈ ਨਿਰਵਿਘਨ ਸਪਲਾਈ ਦਿੱਤੀ ਔਰ ਖੇਤੀਬਾੜੀ ਦੇ ਜਿਹੜੇ ਆ ਖਪਤਕਾਰ ਆ ਉਹਨਾਂ ਨੂੰ ਬਿਲਕੁਲ ਉਹਨਾਂ ਦੀ ਤਸੱਲੀ ਮੁਤਾਬਕ ਹੈ ਜਿਹੜੀ 8 ਘੰਟਿਆਂ ਤੋਂ ਵੀ ਵੱਧ ਬਿਜਲੀ ਦਿੱਤੀ ਉਸੇ ਤਰ੍ਹਾਂ ਹੀ ਅਸੀਂ ਜਿਹੜੇ ਹੈਗੇ ਆ ਇਸ ਆਉਣ ਵਾਲੇ ਪੈੜੀ ਸੀਜ਼ਨ ਦੇ ਵੀ ਕਿਉਂਕਿ ਸਾਨੂੰ ਪੂਰਾ ਪੈਸਾ ਮਿਲ ਰਿਹਾ ਔਰ ਅੱਗੇ ਮਿਲਣ ਦੀ ਆਸ ਹੈ ਅਸੀਂ ਪੂਰੇ ਪ੍ਰਬੰਧ ਕਰ ਲਏ ਆ ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਵੱਲੋਂ ਜਿਹੜੀ ਬਾਹਰੋਂ ਬਿਜਲੀ ਲਿਆਉਣ ਦੀ ਟਰਾਂਸਮਿਸ਼ਨ ਕਪੈਸਿਟੀ ਹੈ ਉਹ ਪਿਛਲੇ ਸਾਲ ਜਿਹੜਾ ਹੈ 7400 ਮੈਗਾਵਾਟ ਤੋਂ ਵਧਾ ਕੇ 8500 ਮੈਗਾਵਾਟ ਕਰ ਦਿੱਤੀ ਗਈ ਸੀ ਜਿਹੜੀ ਕਿ ਇਸ ਸਾਲ 9500 ਮੈਗਾਵਾਟ ਕਰ ਦਿੱਤੀ ਜਾਵੇਗੀ ਪੰਜਾਬ ਦੇ ਆਪਣੇ ਅੰਦਰ ਜਿਹੜਾ ਕੋਈ 6500 ਮੈਗਾਵਾਟ ਬਿਜਲੀ ਅਸੀਂ ਵੱਧ ਤੋਂ ਵੱਧ ਗਰਮੀ 'ਚ ਪੈਦਾ ਕਰਦੇ ਹਾਂ ਅਤੇ ਇਸ ਕਰਕੇ 9000 ਅਸੀਂ ਬਾਹਰੋਂ ਬਿਜਲੀ ਲਿਆਉਣ ਦੀ ਸਮਰੱਥਾ ਬਣ ਗਈ ਹੈ ਅਤੇ ਅਸੀਂ 15,500 ਮੈਗਾਵਾਟ ਤੱਕ ਜਿਹੜੀ ਬਿਜਲੀ ਦੀ ਮੰਗ ਹੈ ਉਹ ਇਸ ਸਾਲ ਪੂਰੀ ਕਰਾਂਗੇ ਜਦਕਿ ਸਾਨੂੰ ਉਮੀਦ ਹੈ ਕਿ 15,000 ਤੱਕ ਆਪਣਾ ਜਿਹੜਾ ਹੈ ਮੰਗ ਉੱਥੇ ਨੇੜੇ ਤੇੜੇ ਰਹੇਗੀ ਇਸ ਕਰਕੇ ਆਉਣ ਵਾਲੇ ਪੈੜੀ ਸੀਜ਼ਨ ਦੇ ਵਿੱਚ ਵੀ ਪਿਛਲੀ ਵਾਰ ਵੀ ਅਸੀਂ ਖਾਸ ਕਰਕੇ ਜਦੋਂ ਪਹਿਲਾਂ ਹੁੰਦਾ ਸੀ ਕਿ ਖੇਤੀਬਾੜੀ ਨੂੰ ਬਿਜਲੀ ਦੇਣ ਲੱਗਿਆ ਜਿਹੜਾ ਹੈ ਇੰਡਸਟਰੀਅਲ ਜਿਹੜੇ ਖਪਤਕਾਰ ਆ ਉਦਯੋਗਿਕ ਜਿਹੜੇ ਖਪਤਕਾਰ ਆ ਉਹਨਾਂ 'ਤੇ ਕੱਟ ਲੱਗ ਜਾਂਦੀ ਸੀ ਜਿਸ ਤਰ੍ਹਾਂ ਕਿ ਅਸੀਂ ਪਿਛਲੇ ਸਾਲ ਵੀ ਨਹੀਂ ਕੱਟ ਲਾਈ ਮੈਂ ਸਾਰਿਆਂ ਨੂੰ ਵਿਸ਼ਵਾਸ ਵੀ ਦਿਵਾਉਣਾ ਕਿ ਇਸ ਸਾਲ ਵੀ ਅਸੀਂ ਬਾਕੀ ਦੇ ਜਿਹੜੇ ਵੀ ਕੋਈ ਵਰਗ ਆ ਉਹਨਾਂ ਦੇ ਉੱਤੇ ਕੋਈ ਕੱਟ ਨਹੀਂ ਲੱਗੇਗੀ ਔਰ ਖੇਤੀਬਾੜੀ ਨੂੰ ਵੀ ਉਹਨਾਂ ਦੀ ਲੋੜ ਅਨੁਸਾਰ ਬਿਜਲੀ ਜਿਹੜੀ ਪੂਰੀ ਮਿਲੇਗੀ ਧੰਨਵਾਦ ਜੀ ਨਾਲ ਨਾਲ ਬਿਜਲੀ ਬੋਰਡ ਦੇ ਪੈਸੇ ਦਿੱਤੇ ਨਾਲ ਨਾਲ ਜਿਹੜੀ ਪੁਰਾਣੀ ਇਹਨਾਂ ਦਾ ਹਾਂਜੀ 9,020 ਕਰੋੜ ਜਿਹੜਾ ਪੁਰਾਣਾ ਸੀ ਜਿਹੜਾ ਸਾਨੂੰ ਵਿਰਸੇ 'ਚ ਦੇ ਕੇ ਗਏ ਨੇ ਇਹ ਵਿਰਸੇ 'ਚ ਹੀ ਮਿਲਿਆ ਸਾਨੂੰ ਉਹ ਤਾਂ ਕਹਿੰਦੇ ਸੀ ਪੈਸੇ ਕਿੱਥੋਂ ਲਿਆਓਗੇ ਵੀ ਅਸੀਂ ਇੰਨਾ ਕੁਛ ਕਰਤਾ ਸੋ ਵਿਰਸੇ ਸਾਨੂੰ ਮਿਲਿਆ ਸੀਗਾ 9,020 ਕਰੋੜ ਉਹਦੇ 'ਚੋਂ 1,804 ਕਰੋੜ ਦੀਆਂ ਸੀ 5 ਕਿਸ਼ਤਾਂ ਬਣਦੀਆਂ ਸਾਲ ਦੀ ਪਹਿਲੀ ਕਿਸ਼ਤ 1,804 ਕਰੋੜ ਦੀ ਦੇ ਤੀ ਵਿਆਜ ਸਮੇਤ 663 ਕਰੋੜ ਰੁਪਏ ਤਾਂ ਬਈ ਵਿਆਜ ਸੀ ਉਹ ਵੀ ਮਤਲਬ ਅਸੀਂ ਜਿਹੜੇ ਵਿਰਸੇ ਸਾਨੂੰ ਕਰਜ਼ੇ ਮਿਲੇ ਉਹ ਵੀ ਲਾ ਰਹੇ ਹਾਂ ਅਤੇ ਨਾਲ ਨਾਲ 3538 ਪਾਵਰ ਸੈਕਟਰ ਦੇ ਵਿੱਚ 3538 ਨਵੀਆਂ ਨੌਕਰੀਆਂ ਵੀ ਦਿੱਤੀਆਂ ਨੇ ਇਕੱਲੇ ਪਾਵਰ ਸੈਕਟਰ 'ਚ ਜਿਹਦੇ 3538 ਜਿਹਦੇ ਵਿੱਚ ਅਸਿਸਟੈਂਟ ਲਾਈਨਮੈਨ ਵੀ ਨੇ ਜਿਹਦੇ 'ਚ ਲਾਈਨਮੈਨ ਵੀ ਨੇ ਜਿਹਦੇ 'ਚ ਹੋਰ ਮੀਟਰ ਰੀਡਰ ਨੇ ਜਾਂ ਜਿੰਨੇ ਵੀ ਇਹਨਾਂ ਨੇ ਪੇਪਰ ਲਏ ਜਾਂ ਜਿੰਨਾ ਬਹੁਤੇ ਨਿਯੁਕਤੀ ਪੱਤਰ ਤਾਂ ਮੈਂ ਦੇਖਿਆ ਹੈ ਸੋ ਬਿਜਲੀ ਦੇ ਮਾਮਲੇ 'ਚ ਮੈਂ ਤੁਹਾਡੇ ਜ਼ਰੀਏ ਸਾਰੇ ਪੰਜਾਬ ਨੂੰ ਇਹ ਦੱਸਣਾ ਚਾਹੁੰਦਾ ਕਿ ਆਉਣ ਵਾਲੇ ਦਿਨਾਂ 'ਚ ਕੋਈ ਤੁਹਾਨੂੰ ਬਿਜਲੀ ਦਾ ਕ੍ਰਾਈਸਿਸ ਨਹੀਂ ਆਊਗਾ ਅਸੀਂ
समर्था तो वध बिजली पैदा करांगे। नाल ये भी हो गया कि कोयले की भी कमी नहीं, साड़ी जिहड़ी झारखंड वाली जिहड़ी माइन है वह चल रही है,